ਸੋ ਤੁਸੀਂ ਚਾਹੁੰਦੇ ਆ ਕਿ ਸ਼ੋਲਡਰ ਤੁਹਾਡਾ ਵੱਡਾ ਲੱਗੇ ਸੋ ਤੁਸੀਂ ਅੱਗੋਂ ਤਾਂ ਡਿਵੈਲਪ ਕਰ ਲੈਂਦੇ ਆ ਸਾਈਡ ਤੋਂ ਵੀ ਡਿਵੈਲਪ ਕਰ ਲੈਂਦੇ ਆ ਪਰ ਪਿੱਛੋਂ ਜਿਹੜਾ ਰੀਅਰ ਡੈਲਟ ਹੈਗਾ ਵਾ ਉਹਨੂੰ ਡਿਵੈਲਪ ਹੀ ਨਹੀਂ ਕਰਦੇ ਜਿੰਨਾ ਤੁਹਾਡੇ ਸ਼ੋਲਡਰ ਜਿਹੜਾ ਹੈਗਾ ਵਾ ਉਹ ਵੱਡਾ ਨਹੀਂ ਲੱਗਦਾ ਹੈਗਾ ਸੋ ਇਮੇਜਿਨ ਕਿ ਆਹ ਚੀਜ਼ ਜੇ ਨਹੀਂ ਹੈਗੀ ਤਾਂ ਸ਼ੋਲਡਰ ਤੁਹਾਡਾ ਛੋਟਾ ਲੱਗੇਗਾ ਨਾ ਸੋ ਰੀਅਰ ਡੈਲਟ ਬਿਲਡ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਜਿੰਨਾ ਕਿ ਸ਼ੋਲਡਰ ਤੁਹਾਡਾ ਕੋਕੋਨਟ ਸ਼ੇਪ ਵਿੱਚ ਲੱਗਦਾ ਵਾ ਹਾਫ ਕੋਕੋਨਟ ਲਾ ਲਓ ਇਹ ਠੀਕ ਹੈ ਸੋ ਇਦਾਂ ਲੱਗਦਾ ਵਾ ਤੁਸੀਂ ਇਹਨੂੰ ਕਿੱਦਾਂ ਪ੍ਰੋਪਰ ਹਿੱਟ ਕਰ ਸਕਦੇ ਆ ਤੁਹਾਨੂੰ ਵੱਡੇ ਡੰਬਲ ਨਹੀਂ ਚਾਹੀਦੇ 25-30 ਕਿਲੋ ਦਾ ਡੰਬਲ ਨਹੀਂ ਚਾਹੀਦਾ ਬਹੁਤ ਜ਼ਿਆਦਾ ਛੋਟਾ ਮਸਲ ਹੈਗਾ ਵਾ ਸਿਰਫ ਇਹਨੂੰ ਤੁਸੀਂ ਆਈਸੋਲੇਟ ਕਰਨਾ ਉਹ ਕਿੱਦਾਂ ਹਲਕੇ ਡੰਬਲ ਚੱਕੋ ਠੀਕ ਹੈ ਤੁਸੀਂ ਜਸਟ ਬੈਂਡ ਕਰਨੀਆਂ ਵਾ ਨੀਜ਼ ਆਪਣੀਆਂ ਬੰਮ ਨੂੰ ਪਿੱਛੇ ਲੈ ਜਾਓ ਠੀਕ ਹੈ ਸੋ ਆ ਜਿਹੜੇ ਡੰਬਲ ਹੈਗੇ ਆ ਮੋਰੇ ਲੈ ਆਓ ਐਂਡ ਦੈਨ ਬਾਹਾਂ ਨੂੰ ਖੋਲਣਾ ਵਾ ਉੱਪਰ ਹਲਕੇ ਜਿਹੇ ਬੈਂਡ ਰਹਿਣ ਪਰ ਬਾਹਾਂ ਨੂੰ ਖੋਲਣਾ ਵਾ ਠੀਕ ਹੈ ਸੋ ਅਬਾਊਟ 25 ਤੋਂ 30 ਰੈਪ ਲਾਓ ਸੋ ਬਾਹਾਂ ਨੂੰ ਇਹਨੂੰ ਬੈਂਡ ਕਰਕੇ ਤੁਸੀਂ ਐਦਾਂ ਨਹੀਂ ਕਰਨਾ ਹੈਗਾ ਸੋ ਜਿੰਨਾ ਜਿਹਨਾਂ ਤੁਹਾਡੇ ਦੂਜੇ ਮਸਲ ਇੰਗੇਜ ਹੋਣ ਲੱਗ ਪੈਣੇ ਆ ਇਕੱਲੇ ਜੇ ਰੀਅਰ ਡੈਲਟ ਤੁਸੀਂ ਇੰਗੇਜ ਕਰਨੇ ਆ ਸੋ ਜਸਟ ਬਾਹਾਂ ਨੂੰ ਪ੍ਰੋਪਰ ਖੋਲੋ ਹਲਕੀਆਂ ਜਿਹੀਆਂ ਬੈਂਡ ਰੱਖੋ ਬਸ ਐਂਡ ਦੈਨ ਅਬਾਊਟ 25 to 30 ਰੈਪ ਲਾਓ ਆਹ ਐਕਸਰਸਾਈਜ਼ ਦੇ ਤੁਸੀਂ ਇਹਨੂੰ ਬਹਿ ਕੇ ਵੀ ਲਾ ਸਕਦੇ ਆ ਠੀਕ ਹੈ ਸੋ ਆ ਕੋਈ ਬੈਂਚ ਲੈ ਲਓ ਅੱਗੇ ਨੂੰ ਝੁੱਕ ਕੇ ਤੁਸੀਂ ਇਹਨੂੰ ਇੱਦਾਂ ਵੀ ਲਾ ਸਕਦੇ ਆ ਰੀਅਰ ਡੈਲਟ ਬਹੁਤ ਵਧੀਆ ਤਰ੍ਹਾਂ ਹਿੱਟ ਹੋਏਗਾ ਸੋ ਟਰਾਈ ਕਰੋ ਐਕਸਰਸਾਈਜ਼ ਨੂੰ ਤੇ ਦੱਸੋ ਮੈਨੂੰ ਕਿੱਦਾਂ ਰਿਹਾ ਸੋ ਮੇਕ ਸ਼ੋਰ ਕਰੋ ਕਿ ਰੀਅਰ ਡੈਲਟ ਨੂੰ ਡਿਵੈਲਪ ਕਰੋ ਕਿਉਂਕਿ ਬਹੁਤ ਜ਼ਰੂਰੀ ਆ